ਸਤਿ ਸ਼੍ਰੀ ਅਕਾਲ ਜੀ। ਬਾਕਰਪੁਰ ਵਾਲੇ ਬਾਬਾ ਸੁਰਿੰਦਰ ਸ਼ਾਹ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਵੈਲ, ਤੁਹਾਨੂੰ ਦੱਸ ਦਈਏ, ਸੁਰਿੰਦਰ ਸ਼ਾਹ ਵੀਜ਼ਾ ਆਉਣ ਬਾਰੇ ਪੁੱਛਾਂ ਦਿੰਦਾ ਹੈ ਅਤੇ ਇੰਨਾ ਹੀ ਨਹੀਂ, ਕਿਹਾ ਜਾਂਦਾ ਹੈ ਕਿ ਅਗਰ ਬਾਬੇ ਤੋਂ ਪਾਸਪੋਰਟ ਤੇ ਸਾਈਨ ਕਰਵਾ ਲਏ ਜਾਣ ਤਾਂ ਉਸਦਾ ਵੀਜ਼ਾ ਪੱਕਾ ਲੱਗਦਾ ਹੈ। ਇਸ ਬਾਰੇ ਤੁਸੀਂ ਸਕਰੀਨ ਤੇ ਵੀਡੀਓ ਕਲਿੱਪ ਵੀ ਚੱਲਦੀ ਵੇਖ ਸਕਦੇ ਹੋ ਜੋ ਸੁਰਿੰਦਰ ਸ਼ਾਹ ਵੱਲੋਂ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਟੋਰੀ ਪਾ ਕੇ ਸਾਂਝੀ ਕੀਤੀ ਗਈ ਹੈ। ਆ ਵੇਖੋ ਜੀ, ਮੇਰੀ ਘਰ ਵਾਲੀ ਦੇ ਲਾਸਟ ਡੇਟ ਸੀਗੀ 29 ਤਰੀਕ ਨੂੰ। 27 ਤਰੀਕ ਨੂੰ ਮੈਂ ਦਾਦਾ ਜੀ ਕੋਲ ਆਇਆ। ਸੁਰਿੰਦਰ ਸ਼ਾਹ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਜਿੱਥੇ ਔਰਤਾਂ ਉਸ ਦੇ ਨਾਲ ਹੱਥਾਪਾਈ ਕਰਦੀਆਂ ਨਜ਼ਰ ਆ ਰਹੀਆਂ ਨੇ ਅਤੇ ਦੂਸਰੇ ਪਾਸੇ ਸੁਰਿੰਦਰ ਸ਼ਾਹ ਵੀ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰ ਰਹੇ ਨੇ। ਜਿਉਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤਾਂ ਸੁਰਿੰਦਰ ਸ਼ਾਹ ਦੇ ਸਪੋਰਟਰਸ ਔਰਤਾਂ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਔਰਤਾਂ ਵੱਲੋਂ ਗਲਤ ਕੀਤਾ ਗਿਆ ਅਤੇ ਬਾਬਾ ਜੀ ਦੇ ਨਾਲ ਧੱਕਾ ਹੋਇਆ ਏ। ਪਰ ਉੱਥੇ ਹੀ ਤੁਹਾਨੂੰ ਕੀ ਲੱਗਦਾ ਹੈ ਕਿ ਸੁਰਿੰਦਰ ਸ਼ਾਹ ਅਗਰ ਸਾਈਂ ਜੀ ਦੇ ਸੇਵਕ ਨੇ ਅਤੇ ਲੋਕਾਂ ਨੇ ਉਹਨਾਂ ਨੂੰ ਬਾਬਾ ਜੀ ਦਾ ਦਰਜਾ ਦਿੱਤਾ ਹੋਇਆ ਏ ਤਾਂ ਉਹਨਾਂ ਵੱਲੋਂ ਔਰਤਾਂ ਨੂੰ ਗਾਲਾਂ ਕੱਢੀਆਂ ਜਾਣਾ ਠੀਕ ਹੈ ਜਾਂ ਗਲਤ? ਕਿਉਂਕਿ ਕੋਈ ਵੀ ਅਸਲ ਬਾਬਾ ਇਸ ਤਰ੍ਹਾਂ ਦੀ ਸ਼ਬਦਾਵਲੀ ਅਤੇ ਇਸ ਤਰ੍ਹਾਂ ਦਾ ਗੁੱਸਾ ਨਹੀਂ ਦਿਖਾਉਂਦਾ ਅਗਰ ਉਹ ਸੱਚਾ ਹੋਵੇ। ਬਾਕੀ ਤੁਹਾਡਾ ਇਸ ਸਭ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ।